ਮਹਿਲਾਵਾਂ ਦਾ ਇਸਤਰੀ ਧਨ ਕਾਂਗਰਸ ਦੇ ਆਉਣ ਦੇ ਨਾਲ ਖਤਰੇ ਵਿੱਚ ਆ ਜਾਵੇਗਾ। ਇਸਤਰੀ ਧਨ ਖਤਰੇ ਵਿੱਚ ਹੈ, ਇਸਤਰੀ ਧਨ ਤੇ ਕਾਂਗਰਸ ਦੇ ਪੰਜੇ ਦੀ ਨਜ਼ਰ ਹੈ। ਕਾਂਗਰਸ ਤੁਹਾਡੀ ਸੰਪਤੀ ਵੰਡ ਦੇਵੇਗੀ। ਸੱਚ ਬੋਲਿਆ ਤਾਂ ਕਾਂਗਰਸ ਦੇ ਵਿੱਚ ਭਗਦੜ ਮਚ ਗਈ। ਕਾਂਗਰਸ ਵੋਟ ਬੈਂਕ ਦੀ ਪੋਲਿਟਿਕਸ ਦੇ ਵਿੱਚ ਫਸੀ ਹੋਈ ਹੈ। ਕਾਂਗਰਸ ਰਾਜ ਦੇ ਵਿੱਚ ਆਸਥਾ ਦਾ ਪਾਲਣ ਮੁਸ਼ਕਿਲ ਹੈ। ਪੀਐਮ ਨੇ ਕਿਹਾ ਰਾਜਸਥਾਨ ਦੇ ਟੌਕ ਦੇ ਵਿੱਚ। सेकंड का भाषण और मैंने कुछ सत्य देश के सामने रखा और पूरी कांग्रेस और इंडी गठबंधन में ऐसी भगदड़ मची है, ऐसी भगदड़ मची है। मैंने सत्य रखा देश के सामने, कांग्रेस आपकी संपत्ति छीनकर उनके खास लोगों को बांटने की गहरी साजिश रचकर बैठी है। दो तीन दिन पहले मैंने कांग्रेस की इस वोट बैंक की राजनीति, तुष्टीकरण की राजनीति का पर्दाफाश किया था। इससे कांग्रेस और उसको सिस्टम में उनको इतनी मिर्ची लगी है, इतनी मिर्ची लगी है कि वो हर तरफ गालियां देने में टूट पड़े हैं। जो आए वो मोदी को गाली दे रहा है। मैं कांग्रेस से जानना चाहता हूं, आखिर कांग्रेस सच्चाई से इतना डरती क्यों है? कांग्रेस क्यों अपने नीतियों को ऐसे छिपाने में लगी है? जब आपने नीति बनाई है, निर्णय लिया है, तो अब जब मोदी जी ने खुलकर के राज रख दिया, आपका हिडन एजेंडा बाहर आ गया, तो अब कांप रहे हो? अरे हिम्मत है तो स्वीकार करो, हम आपसे मुकाबला करने के लिए तैयार। ਸੋ ਪੀਐਮ ਕਾਂਗਰਸ ਤੇ ਹਮਲਾ ਬੋਲ ਰਹੇ ਨੇ ਤਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਇੱਕ ਦੂਜੇ ਤੇ ਹਮਲੇ ਵੀ ਜਾਰੀ ਨੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਹਮਲਾ ਬੋਲਿਆ, ਕਹਿ ਕੇ ਇੱਕ ਵੀ ਸੀਟ ਅਕਾਲੀ ਦਲ ਨਹੀਂ ਜਿੱਤ ਸਕੇਗਾ। ਇਹ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ। ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਹਮਲਾ ਬੋਲਿਆ, ਅਟੈਕ ਕੀਤਾ ਔਰ ਕਿਹਾ ਕਿ ਇੱਕ ਵੀ ਸੀਟ ਸ਼੍ਰੋਮਣੀ ਅਕਾਲੀ ਦਲ ਨਹੀਂ ਜਿੱਤ ਸਕੇਗਾ। ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ, ਕੁਲਦੀਪ ਸਿੰਘ ਧਾਲੀਵਾਲ ਇਹ ਕਹਿੰਦੇ ਹੋਏ ਨਜ਼ਰ ਆਏ ਨੇ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਕੁਲਦੀਪ ਸਿੰਘ ਧਾਲੀਵਾਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ, ਔਰ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੀ ਸੀਟ ਨਹੀਂ ਜਿੱਤ ਸਕੇਗਾ। ਆਮ ਆਦਮੀ ਪਾਰਟੀ ਦਾ 13-0 ਦਾ ਸੁਪਨਾ ਟੁੱਟ ਗਿਆ ਜਦੋਂ ਸਿਮਰਤ ਕੌਰ ਬਾਦਲ ਵੀ ਮੈਦਾਨ ਚ ਆ ਗਈ। ਅੱਛਾ, ਤੇ ਹਾਸਿਲ ਉੱਤੇ ਕਿਹੜਾ ਪਹਿਲੀ ਵਾਰ ਆਉਣਾ? ਅਕਾਲੀ ਦਲ ਪੰਜਾਬ ਦੇ ਵਿੱਚ ਖਤਮ ਹੋ ਚੁੱਕਾ, ਅਕਾਲੀ ਦਲ ਦੀ ਕਿਤੇ ਹੋਣ ਨੀ। ਤੁਸੀਂ ਇੱਥੇ ਤੇ ਮੈਂ ਵੀ ਇੱਥੇ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਹੋਈ ਹੈ, ਬਾਦਲ ਸਾਹਿਬ ਪਹਿਲੇ ਬੰਦੇ ਸੀ ਪੰਜਾਬ ਦੇ ਵਿੱਚ। ਲੋਕ ਆਮ ਤੌਰ ਤੇ ਕਹਿੰਦੇ ਨੇ ਕਿ ਬੰਦਾ ਖਾਲੀ ਹੱਥ ਚ ਗਿਆ, ਤੇ ਬੰਦਾ ਖਾਲੀ ਹੱਥ ਜਾਂਦਾ। ਪੰਜਾਬ ਦੀ ਧਰਤੀ ਦੇ ਕੱਲੇ ਬਾਦਲ ਸਾਹਿਬ ਇਹੋ ਜਿਹੇ ਇਨਸਾਨ ਸਨ, ਏਡੇ ਚੰਗੇ ਇਨਸਾਨ ਸੀਗੇ
ਉਹ ਜਾਂਦੇ ਜਾਂਦੇ ਆਪਣੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਲੈ ਗਏ। ਉਹ ਇਕੱਲੇ ਨਹੀਂ ਗਏ, ਸ਼੍ਰੋਮਣੀ ਅਕਾਲੀ ਦਲ ਵੀ ਲੈ ਗਏ। ਜਿੱਦਾਂ ਉਹ ਗਏ ਉਦੋਂ ਹੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ। ਹੁਣ ਤੇ ਸੁਖਬੀਰ ਦੇ 5-7 ਬੰਦੇ ਉੱਥੋਂ ਦੇ ਫਿਰਦੇ ਆ। ਸੁਖਬੀਰ ਨਾਲ ਲੱਗਦਾ ਨਹੀਂ, ਜੋ ਢੀਂਸੇ ਮਲੂਕੇ ਮਲਾਕੇ ਸਭ ਉਹਨੂੰ ਛੱਡ ਗਏ ਕਿ ਕਿਹੜੀ ਕਿਹੜਾ ਸੁਪਨਾ ਲੈਣ ਦਿਓ, ਲਈ ਜਾਣ ਦਿਓ। ਉੱਥੇ ਬੈਠਾ ਲੰਬੀ ਪਿੰਡ ਚ ਲੈਣ ਦੋ ਸੁਪਨੇ। ਸਰ ਜੀ ਅਕਾਲੀ ਦਲ ਫਾਈਟ ਚ ਨਹੀਂ ਪੰਜਾਬ ਚ। ਡੇਟ ਤੇ ਟਾਈਮ ਨੋਟ ਕਰੋ, ਅਕਾਲੀ ਦਲ ਦੀਆਂ ਜਮਾਨਤਾਂ ਜਬਤ ਹੋਣਗੀਆਂ, ਤੁਸੀਂ ਦੇਖੋ ਕੀ ਬਣ। ਅਕਾਲੀ ਦਲ ਦੀਆਂ ਜਮਾਨਤਾਂ ਜਬਤ ਹੋਣਗੀਆਂ ਜੀ, ਅਕਾਲੀ ਦਲ ਚੌਥੇ ਨੰਬਰ ਦੇ ਜਮਾਨ। ਧਰਮਿੰਦਰ ਸਿੰਘ ਕੇਪੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ। ਟਿਕਟ ਮਿਲਣ ਤੋਂ ਬਾਅਦ ਗੁਰੂ ਘਰ ਦਾ ਆਸ਼ੀਰਵਾਦ ਉਹਨਾਂ ਨੇ ਲਿਆ। ਮੋਹਿੰਦਰ ਸਿੰਘ ਕੇਪੀ ਕੱਲ ਹੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸਨ। ਸ਼ਾਮਿਲ ਹੁੰਦਿਆਂ ਹੀ ਟਿਕਟ ਐਲਾਨ ਦਿੱਤੀ ਗਈ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ। ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ। ਸਿਧਾਂਤ ਚੰਗੇ ਲੰਗੇ ਨੇ। ਮੋਹਿੰਦਰ ਸਿੰਘ ਕੇਪੀ ਨੇ ਕਿਹਾ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਨੇ। ਮੋਹਿੰਦਰ ਸਿੰਘ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਮੋਹਿੰਦਰ ਸਿੰਘ ਕੇਪੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ। ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਗੁਰੂ ਘਰ ਆਸ਼ੀਰਵਾਦ ਲੈਣ ਲਈ ਪਹੁੰਚੇ ਸੀਗੇ। ਜਲੰਧਰ ਤੋਂ ਉਮੀਦਵਾਰ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਮੋਹਿੰਦਰ ਸਿੰਘ ਕੇਪੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈਣ ਆਏ ਹਾਂ, ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਹਾਂ। ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ, ਇਸ ਕਰਕੇ ਮੈਂ ਆਪਣੀ ਜਿਹੜੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ। ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ, ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਵੋਟ ਆਸਰਾ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ। ਇੱਥੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅਤੇ ਅਸੀਂ ਸ਼ੁਰੂ ਕਰਾਂਗੇ ਜੀ। ਕੁਝ ਹੋਰ ਖਬਰਾਂ ਰੁਕ ਕਰਦੇ ਹਾਂ। ਪੰਜਾਬ ਅਤੇ ਚੰਡੀਗੜ੍ਹ ਰੋਡਵੇਜ਼ ਦੇ ਵਿਚਾਲੇ ਵਿਵਾਦ ਹੋ ਗਿਆ, ਟਾਈਮ ਟੇਬਲ ਦੇ ਐਗਰੀਮੈਂਟ ਨੂੰ ਲੈ ਕੇ ਵਿਵਾਦ ਹੋਇਆ। CTU ਦੀਆਂ ਬੱਸਾਂ ਦੀ ਪੰਜਾਬ ਦੇ ਵਿੱਚ ਐਂਟਰੀ ਰੋਕ ਦਿੱਤੀ ਗਈ ਹੈ। ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ਦੇ ਵਿੱਚ ਨੋ ਐਂਟਰੀ ਹੈ ਔਰ ਸਵਾਰੀਆਂ ਨੂੰ ਦਿੱਕਤਾਂ ਦਰਪੇਸ਼ ਆ ਰਹੀਆਂ ਨੇ। ਪੰਜਾਬ ਰੋਡਵੇਜ਼ ਯੂਨੀਅਨ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਇਹ ਅਗਲਾ ਫੈਸਲਾ ਲਿਆ ਜਾਵੇਗਾ। ਫਿਲਹਾਲ ਦੇ ਲਈ ਦੋਹਾਂ ਪਾਸੇ ਦੀਆਂ ਬੱਸਾਂ ਦੀ ਐਂਟਰੀ 'ਤੇ ਬੈਨ ਲਾ ਦਿੱਤਾ ਗਿਆ ਔਰ ਸਵਾਰੀਆਂ ਖੱਜਲ ਹੋ ਰਹੀਆਂ ਨੇ ਇਸ ਵੇਲੇ। ਪੰਜਾਬ ਰੋਡਵੇਜ਼ ਅਤੇ CTU ਦੀ ਆਪਸ ਵਿੱਚ CTU ਦੀ ਅਤੇ ਪੰਜਾਬ ਰੋਡਵੇਜ਼ ਦੀ ਆਪਸ ਦੇ ਵਿੱਚ ਤਨਾਤਨੀ ਹੈ। ਹਾਲਾਂਕਿ ਪੰਜਾਬ ਰੋਡਵੇਜ਼ ਦੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਪੰਜਾਬ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਜਿਹੜੀ CTU ਦੀ ਬੱਸਿਸ ਹੈ, ਕਿਉਂਕਿ ਪਿਛਲੇ ਦਿਨਾਂ ਕਈ ਇਸ਼ੂ ਸੀਗੇ ਜੋ ਕਿ ਅਜੇ ਤੱਕ ਕੋਈ ਸਲਿਊਸ਼ਨ ਨਹੀਂ ਨਿਕਲਿਆ, ਜਿਸ ਕਰਕੇ ਅੱਜ ਫੈਸਲਾ ਲਿੱਤਾ ਗਿਆ ਕਿ ਕਿਸੇ ਵੀ ਬੱਸ ਨੂੰ, ਕੋਈ ਵੀ CTU ਦੀ ਬੱਸ ਹੈ ਉਸਨੂੰ ਪੰਜਾਬ ਐਂਟਰ ਨਹੀਂ ਹੋਣ ਦਿੱਤਾ ਜਾਏਗਾ। ਚੰਡੀਗੜ੍ਹ ਮੋਹਾਲੀ ਦਾ ਬਾਰਡਰ ਏਰੀਆ ਜਿੱਥੇ CTU ਦੀ ਬੱਸਿਸ ਜਿਹੜੀ ਚੱਲਦੀ ਹੈ, ਪੰਜਾਬ ਰੋਡਵੇਜ਼ ਦੀ ਬੱਸਿਸ ਆਉਂਦੀ ਹੈ, ਲੇਕਿਨ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਮੀਟਿੰਗ ਹੋਈ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਇਹਦੇ ਵਿੱਚ ਨਹੀਂ ਬਣ ਪਾਈ ਹੈ, ਜਿਸ ਕਰਕੇ ਅੱਜ ਵੱਡਾ ਫੈਸਲਾ ਇਹਦੇ ਵਿੱਚ ਲਿਆ ਗਿਆ। ਸਾਡੇ ਨਾਲ ਜਿਹੜੇ ਯੂਨੀਅਨ ਦੇ ਲੋਕ ਨੇ, ਪ੍ਰਧਾਨ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਭਾਜੀ ਐਕਚੁਅਲ 'ਚ ਪ੍ਰੋਬਲਮ ਕੀ ਹੈ CTU ਦੀ ਬੱਸਿਸ ਨੂੰ ਤੁਸੀਂ ਨਹੀਂ ਕਰ ਰਹੇ? ਇਹ ਜੀ ਸਾਡਾ ਇਹਨਾਂ ਨਾਲ ਐਗਰੀਮੈਂਟ ਦਾ ਰੌਲਾ ਜੀ, ਕਿਉਂ 2018 ਤੋਂ ਲੈ ਕੇ ਇਹ ਜਿਹੜਾ ਟਾਈਮ ਟੇਬਲ ਸੀ ਉਸ ਤੋਂ ਪਹਿਲਾਂ ਦਾ ਟਾਈਮ ਟੇਬਲ ਸੀ ਉਹ ਪੰਜਾਬ ਰੋਡਵੇਜ਼ ਅਤੇ PRTC ਦੇ ਅੰਡਰ ਹੁੰਦਾ ਸੀ, ਉਹਨਾਂ ਦੀ ਸਹਿਮਤੀ ਨਾਲ ਬਣਦਾ ਸੀ। ਇਹਨਾਂ ਨਾਲ ਐਗਰੀਮੈਂਟ ਹੋਇਆ ਵੀ ਆਪਾਂ ਨੇ 29
100 ਕਿਲੋਮੀਟਰ ਜਿਹੜੇ ਨੇ ਉਹ ਕਰਨੇ ਆ, ਪਰ ਇਸ ਟਾਈਮ ਇਹ 45 ਤੋਂ 46 ਹਜ਼ਾਰ ਰੁਪਏ ਕਿਲੋਮੀਟਰ ਕਰ ਰਹੇ ਨੇ। ਐਗਰੀਮੈਂਟ ਦਾ ਨਜਾਇਜ਼ ਬੱਸਾਂ ਪਾ ਰਹੇ ਨੇ, ਸਾਡੀਆਂ ਗੱਡੀਆਂ ਨੂੰ ਉੱਥੇ ਸਹੂਲਤ ਨਹੀਂ। ਉੱਥੇ ਜਿਹੜੀਆਂ ਪਰਚੀਆਂ ਨੇ ਉਹ ਮਨ ਮਰਜ਼ੀ ਦੀਆਂ ਨੇ, ਸਾਡੇ ਟੈਗ ਲੱਗੇ ਨੇ 8 ਮਿੰਟ, 10 ਮਿੰਟ, 15 ਮਿੰਟ,